दोबारा बोलेंगे हम रिपोर्टर हैं कि तुम कैमरामैन हो, कैमरामैन बनकर रहो। श्यामलाल को कौन अच्छी तरीके से जानता है। गाइज वेलकम टू मिस्टर मिसेस नरूला यूट्यूब चैनल। यस ते आज दा व्लॉग हैगा सैमी सुरभी एंड खुशी। यस इना तिन्ना दा ते मेरा रोल ए है कि मैं विच सिर्फ क्वेश्चंस इना नु पूछने है जां जो भी आपा गेम्स खेलने है जो भी ओ है ते मैं ते समीर वीरा असी क्वेश्चंस पूछांगे या गेम्स खेलांगे ते फन करांगे ते इना ने आंसर देने है दोनों ने। सुरभी ते खुशी दे आंसर सैमी नाल मैच करने चाहिए आ ते ताई पता लगूगा भी खुशी ज्यादा जानती है या सुरभी ज्यादा जानती है। ਸੋ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਜਦੋਂ ਸਮੀਰ ਵੀਰਾ ਆਜੂਗਾ। ਉਹ ਹਜੇ ਗਏ ਹੋਏ ਨੇ। ਸਭ ਤੋਂ ਵੱਡੀ ਪ੍ਰੋਬਲਮ ਇਹ ਨੇ ਕਿ ਇਹ ਘਰ ਨਹੀਂ ਹੁੰਦੇ ਹਰ ਟਾਈਮ, ਕਦੇ ਵੀ ਇਹ ਘਰੇ ਨਹੀਂ ਰਹੇ। ਚੰਡੀਗੜ੍ਹ ਬਾਹਰ ਸਾਡੇ ਤੋਂ ਵੱਧ ਤੁਕ ਪਹਿਲਾਂ ਛੋਟੇ ਹੁੰਦੇ ਤਾਂ ਨਹੀਂ ਤਾਂ ਸਾਨੂੰ ਅਕਲ ਨਹੀਂ ਹੁੰਦੀ ਸੀ, ਕੁਛ ਨਹੀਂ ਆਤਾ ਪਤਾ ਹੁੰਦਾ ਸੀ। ਸੋ ਗਾਇਸ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਬਹੁਤ ਸਾਰੇ ਪੁਰਾਣੇ ਕੁਐਸਚਨਸ ਵੀ ਨੇ। ਤੇ ਵੱਡੇ ਹੋਏ ਬਸ ਫਿਰ ਕੀ ਕਹਿੰਦੇ ਅਕਲ ਹਲੇ ਵੀ ਨਹੀਂ ਪਾ ਰਹੇ। ਤੇ ਵਿਆਹ ਹੋ ਗਿਆ ਫਿਰ ਚੰਡੀਗੜ੍ਹ ਚਲੇ ਗਏ, ਫਿਰ ਤੁਸੀਂ ਫਿਰ ਕੈਨੇਡਾ ਚਲੇ ਗਏ, ਹੁਣ ਤੁਸੀਂ ਸਾਨੂੰ ਮਿਲੇ। ਚਾਰਾਂ ਦਿਨ ਤੁਸੀਂ ਸਾਰਿਆਂ ਨੇ ਕਥਾ ਸੁਣ ਲਈ। ਹਾਂ ਹੁਣ ਦੇਖਦੇ ਹਾਂ ਕਿ ਅਸੀਂ ਆਨਸਰ ਕਰ ਪਾਣੇ ਕਿ ਨਹੀਂ। ਯੈਸ ਸੋ ਅਸੀਂ ਇਦਾਂ ਪਲਾਨ ਕੀਤਾ ਕਿ ਖੁਸ਼ੀ ਬੈਠੂਗੀ ਉਸ ਕੋਨੇ ਤੇ, ਸੁਰਭੀ ਬੈਠੂਗੀ ਇਸ ਕੋਨੇ ਤੇ, ਠੀਕ ਹੈ। ਸੈਮੀ ਬੈਠੂਗੇ ਇੱਥੇ ਸੈਂਟਰ ਚ, ਠੀਕ ਹੈ। ਤੇ ਖੁਸ਼ੀ ਦਾ ਮੂੰਹ ਹੋਊਗਾ ਉਧਰ ਨੂੰ, ਸੁਰਭੀ ਦਾ ਮੂੰਹ ਹੋਊਗਾ ਇਧਰ ਨੂੰ, ਤੇ ਅਸੀਂ ਬੈਠਾਂਗੇ ਇੱਥੇ, ਠੀਕ ਹੈ। ਮੈਂ ਤੇ ਸਮੀਰ ਵੀਰਾ ਤੇ ਮੈਂ ਕੈਮਰੇ ਦੇ ਵਿੱਚ ਨਹੀਂ ਹੋਊਂਗੀ, ਮੈਂ ਕੈਮਰੇ ਦੇ ਬੈਕ ਸਾਈਡ ਹੋਊਂਗੀ। ਸ਼ੂਟ ਇਹਨਾਂ ਤਿੰਨਾਂ ਦਾ ਹੋਊਗਾ ਤੇ ਅਸੀਂ ਜੋ ਵੀ ਪੁੱਛਾਂਗੇ ਇਹ ਜਵਾਬ ਦੇਣਗੇ। ਕੈਮਰਾਮੈਨ ਅਸੀਂ ਦੋ ਤਾਂ ਬੈਠੇ ਬਿਕੋਜ਼ ਇੰਨਾ ਲੰਬਾ ਸ਼ੂਟ ਕਰਕੇ ਮੇਰੀ ਬਾਂਹ ਥੱਕ ਜੂਗੀ। ਤੇ ਜੋ ਵੀ ਆਨਸਰ ਦੇਣੇ ਹੋਏ ਪਹਿਲਾਂ ਅਸੀਂ ਕਵਾਂਗੇ ਸ਼ੋ, ਜਦੋਂ ਮੈਂ ਕੁਐਸਚਨ ਬੋਲਿਆ, ਠੀਕ ਹੈ। ਧਿਆਨ ਨਾਲ ਰੂਲਸ ਸੁਣ ਲਓ। ਜਦੋਂ ਹਾਂ ਜਦੋਂ ਮੈਂ ਬੋਲਿਆ ਸ਼ੋ, ਤੁਸੀਂ ਦੋਨਾਂ ਨੇ ਸ਼ੋ ਕਰਨਾ, ਸੈਮੀ ਨੇ ਨਹੀਂ ਕਰਨਾ। ਸੈਮੀ ਨੂੰ ਮੈਂ ਤੁਸੀਂ ਦੋਨਾਂ ਨੇ ਇੱਦਾਂ ਕਰਤਾ, ਸੈਮੀ ਉਦੋਂ ਮੈਨੂੰ ਆਪਦਾ ਆਨਸਰ ਦੱਸੂਗੇ ਵੀ ਮੇਰਾ ਇਹ ਆਨਸਰ, ਉਹ ਆਪਦਾ ਲਿਖ ਲੂਗੇ। ਜੇ ਕੋਈ ਗਲਤ ਹੈ ਫਿਰ ਉਹਨਾਂ ਦੀ ਪਨਿਸ਼ਮੈਂਟ ਪਨਿਸ਼ਮੈਂਟ ਨਹੀਂ, ਇਹ ਤਾਂ ਹੁਣ ਐਂਡ ਤੇ ਪਤਾ ਲੱਗੂ ਕੌਣ ਹਾਰਦਾ ਕੌਣ ਨਹੀਂ। ਕੋਈ ਪਨਿਸ਼ਮੈਂਟ ਹੈ ਨਹੀਂ, ਤੁਸੀਂ ਦੇਖੋ ਕੀ ਦੇ ਰਹੀ ਤੁਹਾਡੀਆਂ ਭੈਣਾਂ। ਮੈਂ ਤਾਂ ਤੈਨੂੰ ਦੱਸਿਆ ਸੀਗਾ ਉਹ ਵਾਲਾ ਸਾਰਾ ਵਧੀਆ ਸੀਗਾ, ਨਹੀਂ ਖਲਰ ਪੈ ਜਾਂਦਾ ਸੀਗਾ, ਨਹੀਂ ਪੈਂਦਾ ਸੀਗਾ। ਕਹਿੰਦੇ ਸੀਗਾ ਆਟਾ ਆਟੇ ਚ ਮੂੰਹ ਕਿ ਜਿਹੜਾ ਵੀ ਗਲਤ ਦੱਸੂਗਾ ਉਹਨਾਂ ਦਾ ਅੱਛਾ ਅੰਦਰ। ਹਾਂ ਤੇ ਫਿਰ ਬਾਕੀ ਕੁਐਸਚਨਸ ਲਈ ਆਪਾਂ ਨੂੰ ਕਹਿਣਾ ਪੈਣਾ ਨਾ, ਇਹ ਚ ਕਿਹੜਾ ਉਹ ਚ ਕਾਪੀ ਪੈਨ ਨਹੀਂ ਹੁੰਦਾ, ਇਹ ਚ ਹੈਗਾ। ਤੁਸੀਂ ਦੇਖੋ ਸਾਨੂੰ ਨਾਲ ਪਹਿਲਾਂ ਖਾਇਆ ਤਾਂ ਆਟੇ ਚ ਮੂੰਹ ਮਾਰੂਗਾ। ਪਨਿਸ਼ਮੈਂਟ ਚ ਕੀ ਕਰਨਾ, ਜੇ ਗਲਤ ਆਨਸਰ ਦਿੱਤਾ ਤਾਂ ਪਾਣੀ ਚ ਮੂੰਹ ਡਬੋਣਾ ਕਿ ਆਟੇ ਚ ਮੂੰਹ ਡਬੋਣਾ। ਮੈਂ ਮੁੱਕੀ ਮਾਰੂ, ਸ਼ੁਕਰ ਹੈ ਮੈਂ ਸ਼ੂਟ ਕਰਨਾ ਭੁੱਲ ਗਈ, ਅੱਧਾ ਜ਼ਿਆਦਾ ਇਹਨਾਂ ਨੇ ਦੱਸਿਆ, ਠੀਕ ਹੈ। ਤੇ ਆਪਾਂ ਦੋਵਾਂ ਦਾ ਨਹੀਂ ਫਿਰ ਰਹਿਣ ਦੇ ਯਾਰ, ਕੋਈ ਗੱਲ ਨਹੀਂ, ਆਪਾਂ ਸਵਾਲ ਗਲਤ ਪੁੱਛ ਸਕਦੇ ਹਾਂ, ਗਲਤ ਕਿਉਂ ਪੁੱਛਣੇ ਆ, ਮੇਰੇ ਕੋਲ ਸਾਰਾ ਕੁਝ ਲਿਖਿਆ ਹੋਇਆ ਹੈ। ਗਾਇਸ ਤੁਹਾਨੂੰ ਮੇਰੇ ਤੇ ਭਰੋਸਾ ਹੈ ਨਾ, ਦਵਾਈ ਦਾ ਆ ਇਹਦਾ ਦਿਮਾਗ ਖਰਾਬ ਹੋਣਾ 15 ਮਿੰਟ ਬਾਅਦ, ਇਹ ਫੇਰ 6 ਮਿੰਟ ਬਾਅਦ ਇਹਨੇ ਬੋਂਦਲ ਜਾਣਾ ਵਾ, ਫਿਰ ਇਹਨੂੰ ਨੀਂਦ ਆ ਜਾਣੀ ਹੈ, ਫਿਰ ਇਹਨੇ ਉੱਠ ਜਾਣਾ ਫਿਰ ਇਹਨੇ ਟੜੀ ਗਲ ਜਾਣਾ। ਹਾਏ ਹਾਏ ਸਕਰੋਲ ਕਰੋ ਪਲੀਜ਼, 15 ਲੱਖ ਅਲਾਰਮ ਲਾਏ 15 ਲੱਖ ਖੁਸ਼ੀ ਤੇ ਇਹ ਤੂੰ ਸੋਣਾ ਕਿ ਉੱਠਣਾ ਹੈ, ਪਰਚੀ ਪੈਣ ਲੱਗੀ ਹੈ ਨਾ। ਮੈਂ ਵਾਟਰ ਦੇ ਹੱਕ ਚ ਸੀ, ਖੁਰਕਣੇ ਜੇ ਨਹਾ ਲਿਆ ਕਰੋ ਯਾਰ। ਪਹਿਲਾਂ ਬੜਾ ਮੈਂ ਰਿਕੀਸ਼ੀ ਪਾਟੂ ਸੀਗਾ, ਤੁਸੀਂ ਨਾ ਕਹੋ ਸੈਮੀ ਨੇ ਕਢਾਈ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਮੈਂ ਆਲਰੇਡੀ ਕਰ ਚੁੱਕੀ ਸਾਰਾ ਕੁਝ ਸ਼ੁਰੂ। ਸੋ ਗਾਇਸ ਹੁਣ ਆਪਣੀ ਵਾਰੀ ਆ ਗਈ ਆਟੇ ਦੀ,
स्वागत है आप सबका मिस्टर मिसेज निर्मला के यूट्यूब चैनल पे। बोल चुका मैं यार, दोबारा बोलेंगे हम रिपोर्टर हैं कि तुम कैमरामैन हो, कैमरामैन बनकर रहो, ठीक है ससुरा। तो बात ऐसी है कि आप सबका स्वागत है फिर से मिस्टर मिसेज नरूला व्लॉग्स पे। और आज का जो ये चैलेंज है, ब्लॉग है। और चप्पल मिल सकती है मार में है। तो बात ऐसी है कि शुरू हो चुका है व्लॉग, और आज का जो ये चैलेंज है वो है कि हु नोज मी बेटर। कौन अच्छी तरीके से जानता है, ठीक है। इसमें पार्टिसिपेट कर रही है हमारी बहुत ही ज्यादा मोटी खुशी नरूला, और उधर बहुत ही ज्यादा स्लिम गर्ल कुपोषित हमारी सुरभि नरूला। तो अब आपको सीधा प्रसारण हम दिखाएंगे यहाँ पे, और कैमरामैन रीत नरूला के साथ रिपोर्टर समीर रॉय, आज तक तो नहीं कल तक से। चोर नहीं, चोर चोर मिल गया, चोर। हाँ, ते जे आटे ते बेड डुल जे बेड ते आटा डुल गया ना। नहीं, आटे ते बेड नहीं डुलना। नहीं, जे बेड ते आटा डुल गया। सो गाइस, लिखने तिना ने शो अपा वारी वारी ने पहला जिदा भी गलत होगा। एक मिनट मिनट, जिदा भी गलत होगा आंसर पहला क्वेश्चन है, सुरभि खुशी चीटिंग ना करो, ये थोड़े दोनों दा एक दूजे दे खिलाफ है। परा तुसी उन्हां दे आंसर दसने कॉलेज आके। अच्छा ठीक है। हां, करे घूमी आवां ना। पहला क्वेश्चन है, फेवरेट शू ब्रांड केड़ा है सैमी दा? 30 seconds में, 30 भी नहीं, मैं 10 काउंट करने हैं। 1, 2, 3, 4, 5, 6, 7, 8, 9, 10 शो। Okay, सुरभि ने लिखे जॉर्डन, खुशी ने लिखे एलवी, सैमी ने लिखे डियोर। दोस्तों ये हमें पहले पता था, गाइस नहीं एक्सप्लेनेशन नहीं देनी, चलो 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 आटे से मुकाओ। मैं करूंगा 3, 2, 1 चलो ओके। अगला प्रश्न 1500 रुपए के लिए आपकी कंप्यूटर स्क्रीन पे ये रहा। नेक्स्ट क्वेश्चन है, सैमी नू बीच पसंद है या माउंटेन्स? किश्तियां। हाँ, आंसर एक लिखना, किसी ने ऐसा लिखना बहुत। ओके, आंसर मैच है सारे दे। बट गाइस नहीं नहीं, जिथों तक सही है सही है। नहीं नहीं, दोनों सही है फिर से। नहीं नहीं, मैच करने हैं, सैमी ने कोई रोल नहीं है। नाले जितो तक मेनू याद, सैमी ने बीच पसंद सी। पता नहीं कदों पसंद हो गया माउंटेन। ओके, ते सैमी दे फेवरेट माउंटेन्स केड़े है? हिल स्टेशन। चंडीगढ़ चलो साइड होवो, फेवरेट हिल
ਸਟੇਸ਼ਨ ਕਿਹੜਾ ਹੈ 1 2 3 ਯਾਰ ਇਧਰ ਨੂੰ ਕਾਪੀ ਘਮਾ ਦੇ ਕਰੋ ਤੁਸੀਂ ਜਿਹੜੇ ਮਰਜ਼ੀ ਜਿਹੜੇ ਮਰਜ਼ੀ ਕਸ਼ਮੀਰ ਦੇ ਪਹਾੜ ਹੈਗੇ ਆ 1 2 3 4 5 6 7 8 9 10 ਕਸ਼ਮੀਰ ਆ ਕੇ ਲਈਏ ਕਸ਼ਮੀਰ ਸ਼ਿਮਲਾ ਕਸੌਲ ਨਹੀਂ ਚਲੋ ਦੋ ਜਿਹੜੇ ਫੇਰ 3 2 1 ਓਏ ਉਹਨੇ ਕਰ ਲਿਆ ਸੀਗਾ ਚਲੋ ਵੈਰੀ ਗੁੱਡ ਬਹੁਤ ਵਧੀਆ ਜਾਣਦੀ ਹੈ ਮੈਨੂੰ ਬਹੁਤ ਵੈਰੀ ਓਕੇ ਨੈਕਸਟ ਕੁਐਸਚਨ ਜੋ ਕਿ ਤੁਹਾਨੂੰ ਈਜ਼ੀਲੀ ਪਤਾ ਹੋਊਗਾ ਚਲੋ ਨੈਕਸਟ ਕੁਐਸਚਨ ਸੈਮੀ ਦਾ ਫੇਵਰਿਟ ਫੈਮਿਲੀ ਮੈਂਬਰ ਹਾਂ ਸੋ 1 2 3 ਸੈਮੀ ਇਧਰ ਨੂੰ ਕਾਪੀ ਕਮਾ ਲੈ ਕਰੋ ਫਟਾਫਟ 1 2 ਆ ਕੀ ਕਰੀ ਇੰਨੀ ਸੁਰਬੀ 1 2 3 4 5 6 7 9 10 ਓਕੇ ਆਨਸਰ ਮੈਚ ਕਰੂਗੇ ਦੋਨਾਂ ਨੇ ਲਿਖਿਆ ਬੜੇ ਪਾਪਾ ਮੈਂ ਇਹਨਾਂ ਨੇ ਰੱਖ ਤਾ ਰੀਤ ਮੰਨੇ ਆ ਗੱਲ ਹੀ ਹੁੰਦੀ ਪਰ ਬੜੇ ਪਾਪਾ ਹੀ ਹੈ ਤੁਹਾਡਾ ਵੈਸੇ ਉਹਨਾਂ ਦਾ ਸਹੀ ਸੀਗਾ ਸੈਮੀ ਆ ਨੀ ਕਰਨਾ ਜਦੋਂ ਤੁਸੀਂ ਆਨਸਰ ਗਲਤ ਦਵਾਉਂਦੇ ਹੋ ਨਹੀਂ ਨੈਕਸਟ ਨੈਕਸਟ ਸੈਮੀ ਨੂੰ ਪਾਰਟੀਜ਼ ਪਸੰਦ ਹੈ ਜਾਂ ਘੁੰਮਣਾ ਪਸੰਦ ਹੈ 1 2 3 4 5 6 7 8 9 10 ਪਾਰਟੀ ਸੁਰਬੀ ਦਾ ਆਨਸਰ ਸਹੀ ਹੈ ਜਦੋਂ ਖੁਸ਼ੀ ਗਲਤ ਹੋ ਜੇ ਨਾ ਅੱਪਾ ਜੰਬਲ ਬੈ 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 ਦੋ ਐਂਦੀ ਓਕੇ ਨੈਕਸਟ ਕੁਐਸਚਨ ਸੈਮੀ ਨੂੰ ਰੀਤ ਐਜ਼ ਅ ਵਾਈਫ ਪਸੰਦ ਹੈ ਜਾਂ ਰੀਤ ਐਜ਼ ਅ ਬਹੂ ਪਸੰਦ ਹੈ 1 2 3 4 5 6 7 8 9 10 ਵਾਈਫ 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 ਬਹੂ ਗਲਤ ਹੈ ਓਕੇ ਨੈਕਸਟ ਬਲੈਕ ਔਰ ਵਾਈਟ ਉਹ ਤੂੰ ਪਿੰਕ ਲਿਖਤਾ ਬਲੈਕ 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 ਸਹੀ 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 ਜਵਾਬ 7 ਕਰੋੜ 7.5 ਓਕੇ ਸੈਮੀ ਦਾ ਫੇਵਰਿਟ ਫਰੂਟ 1 2 3 4 5 6 7 8 9 10 ਦੇਖਣਾ ਨੀ ਹੈ ਮੈਨੂੰ ਪਤਾ ਇਹਦਾ ਬਿਨਾ ਦੇਖੇ ਪਤਾ ਵਾਟਰਮੈਲਨ ਸੁਰਬੀ ਨੇ ਲਿਖਿਆ ਮੈਨੂੰ ਪਤਾ ਆਈ ਨੋ ਤੈਨੂੰ ਲਾਸਟ ਦੇ 5 ਸੈਕਿੰਡ 1 2 3 4 5 ਲੀਚੀ ਸੈਮੀ ਦਾ ਫੇਵਰੇਟ ਫਰੂਟ ਹੈਗਾ ਡਰੈਗਨ ਫਰੂਟ ਚਲੋ ਚਲੋ ਮੇਰੇ ਬੇਟੇ ਚਲੋ ਠੀਕ ਹੈ ਸੁਰਬੀ ਦਾ ਚਲੋ ਚਲੋ ਸੈਮੀ ਨੂੰ ਸਮਰਸ ਪਸੰਦ ਹੈ ਜਾਂ ਵਿੰਟਰਸ 1 2 3 4 5 6 7 8 9 10 winter winter summer nanne yaar galat gall hai sahi bolo tonu summer pasand hai ki winter summer sachi summer pasand hai winter aaj nahi mujhe lagda yaar summer is good summer is not good summer is good very good summer is good ਮੈਂ ਉਧਰ ਉਧਰਲੇ ਪਾਸੇ ਹਿਸਾਬ ਨਾਲ ਬੰਦਾ ਨਾ ਸੀ ਐਸੀ 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 ਕਰਕੇ ਨੀਚੇ ਉਤਰਦਾ ਤੁਸੀਂ ਵਿੱਚ ਨਹੀਂ ਆ ਰਹੇ ਖੁਦ ਹੀ 1 ਐਕਸ ਕਰਾਇਆ ਵਾ ਸਾਰੇ ਗਾਇਸ ਸਾਰੇ ਐਕਸ਼ਨ ਨਾ ਬਿਨਾ ਕੈਮਰੇ ਤੋਂ ਕਰੀ ਜਾ ਰਹੇ ਆ ਚਲੋ ਚੱਲ ਕਰ ਖਾਰਾ ਖਾਰਾ ਝਾੜ ਲੈ ਇੱਥੇ ਝਾੜ ਲੈ ਇੱਥੇ ਝਾੜ ਲੈ ਨੈਕਸਟ ਸੈਮੀ ਨੂੰ ਗੇਮਸ ਪਸੰਦ ਆ ਜਾਂ ਸੋਸ਼ਲ ਮੀਡੀਆ ਪਸੰਦ ਆ 1 2 3 4 5 6 7 8 9 10 ਕਿਹੜੀ ਘੜੀ ਜਿਹੜੀ ਇੱਡੀ ਤੇਜ਼ ਚੱਲਦੀ ਕਿਹੜੀ ਸੋਸ਼ਲ ਮੀਡੀਆ
अगला क्वेश्चन, नेक्स्ट क्वेश्चन है सैमी दी फेवरेट कंट्री केड़ी है, फेवरेट कंट्री, नॉट नॉट ड्रीम कंट्री, फेवरेट मतलब जिथे जा चुके हैं। युगांडा। वन टू थ्री फोर फाइव सिक्स सेवन एट नाइन टेन। चलो ओके। सिंगापुर। सुरभि तो सही है, खुशी ने लिखा दुबई। आए बस मुझे बाल भी। खुशी की उम्र हो गई है बाल। हाँ सैमी दी ड्रीम कंट्री केड़ी है? सैमी लिखोगे ठीक है? वन टू थ्री फोर फाइव सिक्स सेवन एट नाइन टेन। आगे लिखता और पेरिस तू दिखा। पेरिस मेनु पसंद है, चल मुंड बोला। चलो 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 गो हेड गाइस। सुरभि दा सीगा, शी इज एंजॉयिंग इट। ओके नेक्स्ट सैमी नू काले काले कपड़े चिट्टा मूंह। ओके सैमी नू रील्स पसंद है या व्लॉग्स? वन टू थ्री फोर फाइव सिक्स सेवन एट नाइन टेन। रील्स तिन्ना दा आंसर मैच। वाओ नेक्स्ट सैमी नू रीत विद मेकअप पसंद है या विदाउट मेकअप? वन टू थ्री फोर फाइव सिक्स सेवन एट नाइन टेन। विदाउट ए भी मैचिंग सीगा। सो सैमी दी फेवरेट कार केड़ी है? सुरभि दी अखां नहीं खोल रही। वन टू थ्री फोर फाइव सिक्स सेवन एट नाइन टेन। जी वैगन, थार, आगे लगता एंडेवर। आई तो ई तो होंदा। जे कैनेडा दे सामने देखिए तो जी वैगन ही फेवरेट। चलो चलो मूड बोल। चलो दोनों Sammy, the favorite brand here. Clothing brand. 1, 2, 3, 4, 5, 6, 7, 8, 9, 10. Malay. Juchi. Kushi ne likha Juchi. Sammy ne. Jaldi kar la. Chup. Sammy ne. Chal, idhar kar. Surbhi. 1, 2, 3. Aye, sahi. Enemy. मैं पता की लिखा होया नेक्स्ट है सैमी सब तो ज्यादा केड़ा वर्ड यूज कर दे आ बोलन लगे कोई भी चीज बोलन लगे पक्का कोई वर्ड को यूज करता है। वन टू थ्री फोर फाइव सिक्स सेवन एट नाइन टेन। नहीं पता होना सुरभि नू। सुरभि जल्दी कहानी में ट्विस्ट आने वाला है। जल्दी रीत। सुरभि ने लिखा रीत। ना ना आगे तू की लिखा यार। सही है, मैं भी यार ही लिखा। यार ही लिखा उन्हें।
ਜੋ ਬੋਲ ਲੈਂਦੇ ਫਿਰ ਨਹੀਂ ਨਹੀਂ ਮੈਂ ਦੱਸਦਾ ਨਹੀਂ ਮੈਂ ਦੱਸਦਾ ਇਹ ਯਾਰ ਇਹ ਬੜੀ ਤੇਜ਼ ਆ ਇਹ ਬੜੀ ਤੇਜ਼ ਓਏ ਉਹਨੇ ਤੁਹਾਡੇ ਤੋਂ ਪਹਿਲਾਂ ਦਾ ਲਿਖਿਆ ਹੋਇਆ ਸੀ ਓਏ ਯਾਰ ਉਹਨੇ ਨਾ ਨਹੀਂ ਪੜੋ ਓਏ ਨਹੀਂ ਸੈਮੀ ਨੇ ਸਮੀਰ ਵੀਰੇ ਨੇ ਉਹਦਾ ਪੜ ਕੇ ਫਿਰ ਤੁਹਾਨੂੰ ਕਿਹਾ ਓਕੇ ਨੈਕਸਟ ਸੈਮੀ ਨੂੰ ਆਉਂਦਾ ਸਭ ਤੋਂ ਜ਼ਿਆਦਾ ਟਾਈਮ ਕਿਹਦੇ ਨਾਲ ਸਪੈਂਡ ਕਰਨਾ ਵਧੀਆ ਲੱਗਦਾ ਫ੍ਰੀ ਟਾਈਮ ਚ ਫ੍ਰੀ ਟਾਈਮ ਚ ਕਿਹਦੇ ਨਾਲ ਕਹਿੰਦੀ ਔਨ ਫੋਨ ਫੋਨ ਨਹੀਂ ਲਿਖਣਾ ਚਲੋ 1 2 3 4 5 6 7 ਫਰੈਂਡਸ ਕਾਪੀ ਕੱਢੀ ਬੈਠੀ ਹੈ ਡੋ ਡੋ ਮੋਏ ਰੀਤ ਪਾਪੀ ਤੁਹਾਡੀ ਫਰੈਂਡ ਹੈ ਮੋਏ ਰੀਤ ਪਾਪੀ ਦਾ ਮੈਸੇਜ ਕਰਦਾ ਰੀਤ ਤੇ ਮੇਰੀ ਵਾਈਫ ਹੈ ਪਾਪੀ ਹੋਰ ਤਾਂ ਬੰਦਾ ਵਾਟ ਯੂ ਮੀਨ ਬਾਈ ਦਿਸ ਦੇਖੀ ਜਦੋਂ ਫੇਵਰਿਟ ਪਰਸਨ ਲਿਖਿਆ ਉਦੋਂ ਸਾਰੇ ਮੇਰੇ ਮਗਰ ਪੈ ਗਏ ਕਿਉਂਕਿ ਮੈਨੂੰ ਸੀ ਬੜੇ ਪਾਪਾ ਲਿਖੋਗੇ ਤੁਸੀਂ ਚੱਲ ਕੋਈ ਨਹੀਂ ਚਲੋ ਡਨ ਨੈਕਸਟ ਕੁਐਸਚਨ ਤੀ ਮੈਨੂੰ ਅੱਖਾਂ ਗੱਡੀ ਆਂਦੀ ਆ ਮੈਂ ਅੱਖਾਂ ਨਹੀਂ ਗੱਡ ਰਹੀ ਆ ਮੜੋ ਮੰਡੇ ਕੀ ਆਈ ਐਮ ਜਸਟ ਅਪਸੈਟ ਮੈਨੂੰ ਸੀ ਕਰਦਿਆਂ ਚੋ ਕਿਸ ਦਾ ਨਾਮ ਲਿਖੋਗੇ ਓ ਮਾਈ ਗੋਡ ਚਲੋ ਸੈਮੀ ਦੇ ਸਭ ਤੋਂ ਜ਼ਿਆਦਾ ਟੂ ਕਲੋਜ਼ ਫਰੈਂਡਸ 1 2 3 4 5 6 7 8 9 10 ਨਾਮ ਦਾ ਲੈਟਰ ਕੀ ਹੈ ਫਸਟ ਕਿਹੜੀ ਬਾਂਹ ਫ੍ਰੈਕਚਰ ਹੋਈ ਸੀ ਜਦੋਂ ਛੋਟੇ ਸੀ ਉਹ ਸਾਰਿਆਂ ਨੂੰ ਪਤਾ ਹੋਣਾ 1 2 3 4 5 6 7 8 9 10 ਹੱਲੇ ਨਾ ਸ਼ੋ ਕਰਿਆ ਕਰ ਚਲੋ ਦੱਸੋ ਵੀ ਉਧਰ ਸਾਰੇ ਖਬੋੜੇ ਓਕੇ ਸੈਮੀ ਦੇ ਫੇਵਰਿਟ ਸਕੂਲ ਟੀਚਰ ਕਿਹੜੇ ਸੀਗੇ ਖੁਸ਼ੀ ਦੇ ਮੂੰਹ ਚੋਂ ਧੂਆਂ ਨਿਕਲਿਆ ਖੁਸ਼ੀ ਰਿਪੀਟ ਜਿਹੜਾ ਮਰਜ਼ੀ ਦੱਸ ਡੀਏਵੀ ਵਾਲਾ ਕੋਈ ਵੀ ਨਹੀਂ ਕੱਢਿਆ ਉਹਨਾਂ ਨੇ ਉੱਥੇ ਤਾਂ ਚਲੋ ਜੀ ਵੱਡਾ ਟਵਿਸਟ ਇਹ ਕਿਸੇ ਨੂੰ ਨੀ ਪਤਾ ਮੈਂ ਦੱਸ ਦਿੰਦਾ ਮੇਰੇ ਫੇਵਰੇਟ ਹੈਗਾ ਵੀਨਾ ਮੈਮ ਰੁਕ ਜਾ ਵੀਨਾ ਮੈਡਮ ਜਿਨ੍ਹਾਂ ਨੇ ਮੈਨੂੰ ਵੀ ਪੜਾਇਆ ਪਾਪਾ ਨੂੰ ਵੀ ਮੰਮਾ ਪਾਪਾ ਨੂੰ ਵੀ ਬੂਆ ਨੂੰ ਵੀ ਤੇ ਚਾਚੇ ਨੂੰ ਅੱਗੇ ਸੈਮ ਦੇ ਬੱਚਿਆਂ ਨੂੰ ਵੀ ਉਹਨਾਂ ਨੇ ਪੜਾਣਾ ਬਸ ਓਕੇ ਹੁਣ ਇਹ ਵਾਲਾ ਇਹਨਾਂ ਦੋਨਾਂ ਨੂੰ ਪਤਾ ਨਹੀਂ ਸੀਗਾ ਚਲੋ ਕੋਈ ਨਾ ਫਿਰ ਕੀ ਹੋ ਗਿਆ ਸੋ ਸੈਮੀ ਮਾਰਨਿੰਗ ਪਰਸਨ ਹੈ ਜਾਂ ਨਾਈਟ ਆਊਲ ਹੈ 1 2 3 4 5 6 7 8 9 10 ਨਾਈਟ ਆਊਲ ਨਹੀਂ ਨਹੀਂ ਲਿਖ ਲਿਆ ਸੀ ਉਹ ਬਸ ਐਲੂ ਲੈਂਦੀ ਹੋਈ ਇਹ ਤਾਂ ਪਤਾ ਹੀ ਹਾਂ ਗਾਇਸ ਆਲਰੇਡੀ 2 ਵਜਣ ਵਾਲੇ ਹੋਣੇ ਮਿਲਾ ਦੇ ਜਦੋਂ ਬਲੌਗ ਸ਼ੁਰੂ ਕਰ ਰਹੇ ਸੀ ਚਲੋ ਸੋ ਨੈਕਸਟ ਕੁਐਸਚਨ ਸ਼ਾਮੀ ਦੀ ਫੇਵਰਿਟ ਆਈਸਕ੍ਰੀਮ ਫਲੇਵਰ ਓਹ ਹੁਣ ਇਹ ਨਾ ਲਿਖ ਦਿਓ ਆਈਸਕ੍ਰੀਮ ਬੂਟ ਫਲੇਵਰ ਤੈਨੂੰ ਪਤਾ ਸੀ ਨੰਨੇ ਤੁਹਾਡਾ 1 2 3 4 5 6 7 8 9 10 ਬੋਲਣਾ ਨਹੀਂ ਸ਼ਾਮੀ ਪੀ ਮਿਕਸ ਫਰੂਟ ਕਿਉਂਕਿ ਲੇ ਦਾ ਚਲਾ ਜਾ ਯਾਰ ਆਇਆ ਆਇਆ ਗੱਲ ਸੈਮੀ ਦਾ ਫੇਵਰੇਟ ਸੈਮੀ ਦਾ ਫੇਵਰੇਟ
ਤੂੰ ਬਾਅਦ ਚ ਟੂਣੇ ਕਰਨੇ ਠੀਕ ਆ ਸੇਮੀ ਦਾ ਫੇਵਰਿਟ ਕਾਰਟੂਨ ਕਿਹੜਾ 1 2 3 4 ਲਾ 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 ਬੋਲਿਓ ਨਾ ਕਰੋ ਪਲੀਜ਼ ਪਹਿਲਾਂ ਤੁਸੀਂ 3 2 1 ਸ਼ੋ ਉਹ ਪਹਿਲੇ ਸ਼ੋ ਹੈ ਭੀਮ ਦੋਵੇਂ ਮੂਡ ਬੋਲੋ ਸ਼ਿੰਚੈਨ ਉਹਨੇ ਹੋ ਗਈ चलो ना भीम है यार गल खत्म हो रहा है गल खत्म भी लड़ी जाती है फेवरेट होता है दोबारा 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 चल 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 दोबारा चल दोबारा चादर धो के जानी है ठीक है यबलीज मारना लिखना है लिखना बोलना नहीं है मूड बवो चलो चलो नेक्स्ट नेक्स्ट गाइस नेक्स्ट सब तो ज्यादा खुश केड़ी चीज कर दी है 10 seconds you have 10 1 2 3 4 5 6 7 8 9 10 okay chal kiya dost family na jo maine gifts mail diya nice chalo mere bete aao padhari padhari oye tu pehla na aayega oye tu pehla na kehndi ये क्या हो रहा है तेनू मैं डबो देना आटे च चलो दिखा दो चलो ओके दीपिका पादुकोण सोनम बाजवा फिर सवेरे काम आप शुरू करा देना टूने वाला तू हाथ पड़े करने लास्ट क्वेश्चन लास्ट क्वेश्चन गाइस जगराओं का लिखो भी जगराओं का लिखो शांति लाल का ढाबा बिल्कुल सही जवाब चल लिख जल्दी मेनू पूछ ली मैं चल चल जो मर्जी राजा ढाबा राजू फास्ट फूड लास्ट है दोवां दा मुंह कट्ठे डबोया जावे मेरे बेटो अगे आओ एक मिनट वेट इधर अखा बंद करो अखा बंद करो ते मेरे नाल नाल बोलो कुड़िया लाई बहुत खराब है कुड़िया बस कर खत्म हो रहा है कैमरामैन रीत के साथ समीर राय कल तक से चलो।